ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ ਅੱਜ ਅਸੀਂ ਸਿੱਖ ਇਤਿਹਾਸ ਦੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜਾਂਗੇ ਤਾਂ ਵੀਡੀਓ ਸ਼ੁਰੂ ਕਰਦੇ ਹਾਂ 1539 ਈਸਵੀ ਨੂੰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ ਤਾਂ ਉਹਨਾਂ ਨੇ ਗੁਰਗੱਦੀ ਸੀਗੀ ਜਿਹੜੀ ਉਹ ਪਾਈ ਲੈਣਾ ਜਿਹਨੂੰ ਸੌਂਪੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਅੰਗਦ ਦਾ ਨਾਮ ਦੇ ਕੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ ਇਸ ਤਰ੍ਹਾਂ ਭਾਈ ਲੈਣਾ ਜੀ ਸੀਗੇ ਜਿਹੜੇ ਉਹ ਸਿੱਖਾਂ ਦੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਤੇ ਹੁਣ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਜਨਮ ਦੀ ਗੱਲ ਕਰਦੇ ਆ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਜਨਮ ਸੀ ਉਹ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਹੋਇਆ ਸੀ ਗੁਰੂ ਜੀ ਦੀ ਮਾਤਾ ਦਾ ਨਾਮ ਸਭਰਾਈ ਦੇਵੀ ਸੀ ਤੇ ਪਿਤਾ ਦਾ ਨਾਮ ਬਾਬਾ ਫੇਰੂ ਮਲਸੀ ਗੁਰੂ ਅੰਗਦ ਦੇਵ ਜੀ ਜਿਹੜਾ ਵਿਆਹ ਸੀ ਉਹ 1520 ਈਸਵੀ ਨੂੰ 16 ਸਾਲਾਂ ਦੀ ਉਮਰ ਦੇ ਵਿੱਚ ਬੀਬੀ ਖੀਵੀ ਜੀ ਨਾਲ ਹੋਇਆ ਸੀ ਜਿਹੜੀ ਕਿ ਤਰਨਤਾਰਨ ਨਿਵਾਸੀ ਸ਼੍ਰੀ ਦੇਵੀ ਚੰਦ ਜੀ ਦੀ ਸੁਪੁੱਤਰੀ ਸੀ ਤੇ ਗੁਰੂ ਅੰਗਦ ਦੇਵ ਜੀ ਦੇ ਘਰ ਦੋ ਸੁਪੁੱਤਰਾਂ ਤੇ ਦੋ ਸੁਪੁੱਤਰੀਆਂ ਨੇ ਜਨਮ ਲਿਆ ਸੀ ਸੁਪੁੱਤਰਾਂ ਦੇ ਨਾਮ ਸੀ ਸ਼੍ਰੀ ਦਾਸੂ ਤੇ ਸ਼੍ਰੀ ਦਾਤੂ ਜੀ ਤੇ ਸੁਪੁੱਤਰੀਆਂ ਦੇ ਨਾਮ ਸੀ ਬੀਬੀ ਅਮਰੋ ਤੇ ਬੀਬੀ ਅਨੂਖੀ ਜੀ 1526 ਈਸਵੀ ਦੇ ਵਿੱਚ ਜਿਹੜੇ ਗੁਰੂ ਅੰਗਦ ਦੇਵ ਜੀ ਸੀਗੇ ਉਹ ਬਾਬਰ ਦੇ ਹਮਲੇ ਦੇ ਕਾਰਨ ਨਾ ਖਡੂਰ ਸਾਹਿਬ ਆਗੇ ਸੀਗੇ ਮਤਲਬ ਕਿ ਮੱਤੇ ਦੀ ਸਰਾ ਤੋਂ ਉਹ ਖਡੂਰ ਸਾਹਿਬ ਦੇ ਵਿੱਚ ਆ ਕੇ ਰਹਿਣ ਲੱਗ ਗਏ ਸੀਗੇ ਭਾਈ ਲੈਣਾ ਜੀ ਮਤਲਬ ਕਿ ਜਿਹੜੇ ਗੁਰੂ ਅੰਗਦ ਦੇਵ ਜੀ ਪਹਿਲਾਂ ਦੁਰਗਾ ਮਾਤਾ ਦੇ ਉਪਾਸਕ ਸੀਗੇ ਉਹ ਹਰ ਸਾਲ ਮਾਤਾ ਜਵਾਲਾ ਜੀ ਦੀ ਯਾਤਨਾ ਤੇ ਜਾਂਦੇ ਹੁੰਦੇ ਸੀਗੇ ਇੱਕ ਦਿਨ ਉਹਨਾਂ ਨੇ ਨਾ ਭਾਈ ਜੋਤ ਜੀ ਦੇ ਮੂਹੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤੇ ਬਾਣੀ ਸੁਣ ਕੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੇ ਲਈ ਕਰਤਾਰਪੁਰ ਸਹਿਬ ਆ ਗਏ ਇੱਥੇ ਉਹ ਗੁਰੂ ਜੀ ਦੇ ਸਿੱਖ ਬਣ ਗਏ ਆ ਕੇ ਤੇ ਕਰਤਾਰਪੁਰ ਦੇ ਵਿੱਚ ਰਹਿ ਕੇ ਹੀ ਉਹਨਾਂ ਦੀ ਸੇਵਾ ਕਰਨ ਲੱਗ ਪਏ ਗੁਰੂ ਅੰਗਦ ਦੇਵ ਜੀ ਨੇ ਨਾ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਗੁਰਗੱਦੀ ਸੰਭਾਲੀ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਸਿੱਖ ਪੰਥ ਦੇ ਵਿਕਾਸ ਦੇ ਲਈ ਕਾਫੀ ਮਹੱਤਵਪੂਰਨ ਕੰਮ ਕੀਤੇ ਜਿਨ੍ਹਾਂ ਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾ ਮਹੱਤਵਪੂਰਨ ਕੰਮ ਹੈਗਾ ਉਹਨਾਂ ਦਾ ਗੁਰਮੁਖੀ ਲਿਪੀ ਦਾ ਵਿਕਾਸ ਕਰਨਾ ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਮਹੱਤਵਪੂਰਨ ਕਾਰਜ ਸੀਗਾ ਕਿ ਉਹਨਾਂ ਨੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਇਹ ਲਿਪੀ ਦਾ ਜਨਮ ਭਾਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋ ਚੁੱਕਿਆ ਸੀਗਾ ਪਰ ਇਹਦਾ ਜਿਹੜਾ ਪੂਰਾ ਵਿਕਾਸ ਸੀਗਾ ਉਹ ਗੁਰੂ ਅੰਗਦ ਦੇਵ ਜੀ ਨੇ ਕੀਤਾ ਇਹ ਜਿਹੜੀ ਲਿਪੀ ਸੀਗੀ ਹੌਲੀ-ਹੌਲੀ ਆਮ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਹਰਮਨ ਪਿਆਰੀ ਬਣ ਚੁੱਕੀ ਸੀਗੀ ਤੇ ਗੁਰੂ ਜੀ ਨੇ ਇਸ ਲਿਪੀ ਨੂੰ ਗੁਰਮੁਖੀ ਦਾ ਨਾਮ ਦਿੱਤਾ ਸੀਗਾ ਜਿਸ ਦਾ ਮਤਲਬ ਹੈਗਾ ਗਾ ਗੁਰੂਆਂ ਦੇ ਮੁਖ ਵਿੱਚੋਂ ਨਿਕਲਣ ਵਾਲੀ ਲਿਪੀ ਦੂਜਾ ਮਹੱਤਵਪੂਰਨ ਕੰਮ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠੀ ਕਰਨਾ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਪਣੀ ਗੁਰਬਾਣੀ ਦੀ ਪੋਥੀ ਸੀਗੀ ਉਹ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਸੀਗੀ ਜਿਦੇ ਵਿੱਚ ਹੋਰ ਭਗਤਾਂ ਦੀ ਬਾਣੀ ਵੀ ਸ਼ਾਮਿਲ ਸੀਗੀ ਤੇ ਸਿੱਦੇ ਗੁਰੂ ਅੰਗਦ ਦੇਵ ਜੀ ਨੇ ਉਹ ਸਾਰੀ ਬਾਣੀ ਨੂੰ ਇਕੱਠਾ ਕੀਤਾ ਤੇ ਆਪ ਵੀ ਨਾਨਕ ਨਾਹੇਟ ਬਾਣੀ ਦੀ ਰਚਨਾ ਕੀਤੀ ਤੀਜਾ ਮਹੱਤਵਪੂਰਨ ਕਾਰਜ ਹੈਗਾਗਾ ਸੰਗਤ ਪ੍ਰਥਾ ਤੇ ਲੰਗਰ ਪ੍ਰਥਾ ਦਾ ਵਿਕਾਸ ਸੰਗਤ ਦਾ ਮਤਲਬ ਹੈਗਾਗਾ ਧਾਰਮਿਕ ਇਕੱਠ ਜਿਦੇ ਵਿੱਚ ਸਾਰੇ ਧਰਮਾਂ ਤੇ ਵਰਗਾਂ ਦੇ ਲੋਕ ਨੇ ਜਿਹੜੇ ਹਿੱਸਾ ਲੈ ਸਕਦੇ ਨੇ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸੰਗਤ ਨੂੰ ਨਾ ਇੱਕ ਨਵਾਂ ਰੂਪ ਦਿੱਤਾ ਸੀਗਾ ਜਦੋਂ ਉਹ ਖਡੂਰ ਸਾਹਿਬ ਹੁੰਦੇ ਸੀਗੇ ਤਾਂ ਸਰੋਜ ਸਵੇਰੇ ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਸੀਗੀ ਉਹਦਾ ਸ਼ਬਦ ਕੀਰਤਨ ਕੀਤਾ ਜਾਂਦਾ ਸੀ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਸਿੱਖਾ ਨੂੰ ਇਕੱਠੇ ਕਰਕੇ ਸੰਗਤ ਪ੍ਰਥਾ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਇਆ ਸੀ ਜੇ ਆਪਾਂ ਲੰਗਰ ਪ੍ਰਥਾ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਹੀ ਇਹਦਾ ਆਰੰਭ ਹੋ ਚੁੱਕਿਆ ਸੀਗਾ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਸਮੇਂ ਜਿਹੜੀ ਲੰਗਰ ਪ੍ਰਥਾ ਸੀਗੀ ਉਹ ਇੱਕ ਮਹੱਤਵਪੂਰਨ ਸੰਸਥਾ ਬਣ ਗਈ ਸੀਗੀ ਲੰਗਰ ਦੀ ਦੇਖਰੇਖ ਤੇ ਸੇਵਾ ਸੰਭਾਲ ਦਾ ਜਿਹੜਾ ਸਾਰਾ ਕੰਮ ਸੀਗਾ ਉਹ ਉਹਨਾਂ ਦੀ ਪਤਨੀ ਸੀਗੀ ਬੀਬੀ ਖੀਵੀ ਜੀ ਉਹ ਦੇਖਦੇ ਹੁੰਦੇ ਸੀ ਤਿਲੰਕਰ ਦੇ ਵਿੱਚ ਇਸਤਰੀ ਬੱਚੇ ਪੁਰਖ ਗਰੀਬ ਬੇਸਹਾਰਾ ਲੋਕ ਸੀਗੇ ਜਿਹੜੇ ਉਹ ਬਿਨਾਂ ਕਿਸੇ ਭੇਦਭਾਵ ਤੋਂ ਇੱਕ ਪੰਗਤ ਦੇ ਵਿੱਚ ਬਹਿ ਕੇ ਭੋਜਨ ਛਕਦੇ ਸੀ ਤੇ ਜਿਹੜਾ ਲੰਗਰ ਸੀਗਾ ਉਹ ਸੰਗਤ ਵੱਲੋਂ ਦਿੱਤੇ ਦਾਨ ਨਾਲ ਚੱਲਦਾ ਸੀ ਇਸ ਤਰ੍ਹਾਂ ਲੰਗਰ ਪ੍ਰਥਾ ਦੇ ਨਾਲ ਆਪਸੀ ਸਹਿਯੋਗ ਵਧਿਆ ਤੇ ਵੰਡ ਕੇ ਛਕਣ ਦੀ ਜਿਹੜੀ ਭਾਵਨਾ ਸੀਗੀ ਉਹ ਵਿਕਾਸ ਹੋਈ ਅੱਗੇ ਆਪਾਂ ਗੱਲ ਕਰਦੇ ਹਾਂ ਸਰੀਰਕ ਵਿਕਾਸ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਸੀਗੇ ਨਾ ਜਿਹੜੇ ਉਹ ਸਿੱਖਾਂ ਦੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਹਨਾਂ ਦਾ ਸਰੀਰਕ ਵਿਕਾਸ ਵੀ ਕਰਨਾ ਚਾਹੁੰਦੇ ਸੀਗੇ ਤਾਂ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਰਹਿ ਕੇ ਨਾ ਸਿੱਖਾਂ ਨੂੰ ਕਸਰਤ ਤੇ ਕੁਸ਼ਤੀ ਦੀ ਸਿਖਲਾਈ ਦੇਣ ਦੇ ਲਈ ਇੱਕ ਅਖਾੜਾ ਬਣਾਇਆ ਸੀਗਾ ਜਿਹਦਾ ਨਾਮ ਉਹਨਾਂ ਨੇ ਮੱਲ ਅਖਾੜਾ ਰੱਖਿਆ ਇਸ ਤੋਂ ਬਾਅਦ ਇਸ ਅਖਾੜੇ ਦੇ ਵਿੱਚ ਜਿਹੜੀ ਸੈਨਿਕ ਸਿਖਲਾਈ ਸੀਗੀ ਉਹ ਵੀ ਦਿੱਤੀ ਜਾਣ ਲੱਗੀ ਇਸ ਤੋਂ ਅਗਲਾ ਮਹੱਤਵਪੂਰਨ ਕਾਰਜ ਹੈਗਾ ਗਾ ਗੁਰੂ ਪਰੰਪਰਾ ਨੂੰ ਜਾਰੀ ਰੱਖਣਾ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਸੀਗੀ ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਨੇ ਜਿਹੜੀ ਇਹ ਪਰੰਪਰਾ ਸੀਗੀ ਇਹਨੂੰ ਜਾਰੀ ਰੱਖਿਆ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਾ ਸੌਂਪਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀਗਾ ਇਸ ਤੋਂ ਬਾਅਦ ਜਿਹੜਾ ਸਿੱਖ ਧਰਮ ਦੇ ਵਿੱਚ ਯੋਗਦਾਨ ਸੀਗਾ ਉਹ ਸੀਗਾ ਗੋਇੰਦਵਾਲ ਦੀ ਸਥਾਪਨਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਨਾ 1546 ਈਸਵੀ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਹੇਠ ਕੋਇਂਦਵਾਲ ਨਗਰ ਵਸਾਇਆ ਸੀਗਾ ਸਮੇਂ ਦੇ ਨਾਲ-ਨਾਲ ਇਹ ਜਿਹੜਾ ਨਗਰ ਸੀਗਾ ਸਿੱਖਾਂ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਸੀ ਤੇ ਹੁਣ ਆਪਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਗੱਲ ਕਰਦੇ ਆ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ 29 ਮਾਰਚ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸੀ ਤੇ ਉਹਨਾਂ ਨੇ 13 ਸਾਲ ਤੱਕ ਸਿੱਖ ਧਰਮ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕੀਤੀ ਏ ਸੀ ਜੀ ਸਾਰਾ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਹੁਣ ਆਪਾਂ ਇਸ ਦੇ ਨਾਲ ਰਿਲੇਟਡ ਇੰਪੋਰਟੈਂਟ ਜਿਹੜੇ ਐਮ ਸੀ ਕਿਊਜ਼ ਨੇ ਉਹ ਕਰਾਂਗੇ ਜਿਸ ਤੋਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਮੈਂ ਐਮ ਸੀ ਕਿਊਜ਼ ਦੇ ਕੱਲੇ ਅਨਸਰ ਹੀ ਬੋਲਾਂਗੀ ਕਿਉਂਕਿ ਜੇ ਮੈਂ ਆਪਸ਼ਨਸ ਨਾਲ ਬੋਲਦੀਆਂ ਤਾਂ ਇਹਦੇ ਨਾਲ ਕਾਫੀ ਜ਼ਿਆਦਾ ਟਾਈਮ ਕੰਜ਼ਿਊਮ ਹੁੰਦਾ ਪਹਿਲਾ ਐਮ ਸੀ ਕਿਊ ਹੈ ਆਪਣੇ ਕੋਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਤਾਂ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾ ਆਪਸ਼ਨ ਸੀ ਮੱਤੇ ਦੀ ਸਰਾ ਜਿਲ੍ਹਾ ਮੁਕਤਸਰ ਸਾਹਿਬ ਵਿਖੇ 31 ਮਾਰਚ 1540 ਈਸਵੀ ਨੂੰ ਦੂਸਰਾ ਐਮਸੀਕਿਊ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ ਤੇ ਇਹਦਾ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾਗਾ ਆਪਸ਼ਨ ਬੀ ਫੇਰੂਮਲ ਤੀਸਰਾ ਐਮਸੀਕਿਊ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਦਾ ਕੀ ਨਾਂ ਸੀ ਤੇ ਇਹਦਾ ਸਹੀ ਜਵਾਬ ਹੈਗਾ ਆਪਸ਼ਨ ਏ ਸਭਰਾਈ ਦੇਵੀ ਚੌਥਾ ਐਮਸੀਕਿਊ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਕੀ ਨਾਂ ਸੀ ਤੇ ਇਹਨਾਂ ਸਹੀ ਜਵਾਬ ਹੈਗਾ ਆਪਸ਼ਨ ਡੀ ਭਾਈ ਲੈਣਾ 1539 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਦੋਂ ਭਾਈ ਲੈਣਾ ਜਿਹਨੂੰ ਗੁਰਗੱਦੀ ਸੌਂਪੀ ਸੀ ਤਾਂ ਉਹਨਾਂ ਨੇ ਉਹਨਾਂ ਦਾ ਨਾਮ ਭਾਈ ਲੈਣੇ ਤੋਂ ਅੰਗਦ ਰੱਖ ਦਿੱਤਾ ਸੀ ਪੰਜਵਾਂ ਪ੍ਰਸ਼ਨ ਹੈਗਾ ਆਪਣੇ ਕੋਲ ਗੁਰੂ ਨਾਨਕ ਦੇਵ ਜੀ ਨਾਲ ਭਾਈ ਲੈਣਾ ਜਿਹਦੀ ਮੁਲਾਕਾਤ ਕਿੱਥੇ ਹੋਈ ਤੇਰਾ ਸਹੀ ਜਵਾਬ ਹੈਗਾ ਆਪਸ਼ਨ ਏ ਕਰਤਾਰਪੁਰ ਕਿੰਨੇ ਵਿੱਚ ਹੋਈ ਸੀ 1539 ਈਸਵੀ ਦੇ ਵਿੱਚ ਮੁਲਾਕਾਤ ਹੋਈ ਸੀ ਛੇਵਾਂ ਪ੍ਰਸ਼ਨ ਹੈਗਾ ਆਪਣੇ ਕੋਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰੂਕਾਲ ਕੀ ਸੀ ਤਾਂ ਇਹ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾਗਾ ਸੀ 1539 ਈਸਵੀ ਤੋਂ ਲੈ ਕੇ 1552 ਈਸਵੀ ਤੇ ਉਹਨਾਂ ਨੇ 13 ਸਾਲ ਸਿੱਖ ਧਰਮ ਦੀ ਸੇਵਾ ਕੀਤੀ ਸੀ ਸੱਤਵਾਂ ਪ੍ਰਸ਼ਨ ਹੈ ਆਪਣੇ ਕੋਲ ਕਿਹੜਾ ਮੁਗਲ ਬਾਦਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਸੀ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾ ਆਪਸ਼ਨ ਡੀ ਹਮਾਇੂ 8ਵਾਂ ਪ੍ਰਸ਼ਨ ਆਪਣੇ ਕੋਲ ਮੁਗਲ ਬਾਦਸ਼ਾਹ ਹਮਾਇੂ ਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾ ਆਪਸ਼ਨ ਬੀ ਖਡੂਰ ਸਾਹਿਬ ਜਦੋਂ ਹਮਾਇੂ ਕਨੌਜ ਦੇ ਜੰਦ ਵਿੱਚ ਸ਼ੇਰ ਸ਼ਾਹ ਸ਼ੂਰੀ ਤੋਂ ਹਾਰ ਗਿਆ ਸੀਗਾ ਤਾਂ ਉਹ ਗੁਰੂ ਜੀ ਨੂੰ ਮਿਲਣ ਲਈ ਖਡੂਰ ਸਾਹਿਬ ਆਇਆ ਸੀ 9ਵਾਂ ਪ੍ਰਸ਼ਨ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਹੜੇ ਗੁਰੂ ਜੀ ਨੇ ਪਾਇਆ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾ ਆਪਸ਼ਨ ਬੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ 10ਵਾਂ ਐਮਸੀਕਿਊ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਵਿਅਕਤੀ ਤੋਂ ਜਨਮ ਸਰਖੀ ਲਿਖਵਾਈ ਸੀ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਆਪਸ਼ਨ ਬੀ ਭਾਈ ਬਾਲਾ ਜੀ ਭਾਈ ਬਾਲਾ ਜੀ ਸੀਗੇ ਜਿਹੜੇ ਉਹ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇਂ ਵੀ ਉਹਨਾਂ ਦੇ ਨਾਲ ਸੀ 11ਵਾਂ ਪ੍ਰਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਬਦ ਦਰਜ ਹਨ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ অপਸ਼ਨ ਡੀ 62 ਗੁਰੂ ਅੰਗਦ ਦੇਵ ਜੀ ਦੇ 62 ਸ਼ਲੋਕ ਨੇ 12ਵਾਂ ਪ੍ਰਸ਼ਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਨਾਂ ਹੇਠ ਬਾਣੀ ਦੀ ਰਚਨਾ ਕੀਤੀ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾਗਾ অপਸ਼ਨ ਬੀ ਨਾਨਕ 13ਵਾਂ ਐਮਸੀਕਿਊ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਨੀਂਹ ਕਦੋਂ ਰੱਖੀ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਆਪਸ਼ਨ ਬੀ 1546 ਈਸਵੀ ਨੂੰ 14ਵਾਂ ਐਮਸੀਕਿਊ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਕੀ ਹੈ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਆਪਸ਼ਨ ਡੀ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਉਣਾ ਇਹ ਸੀ ਜੀ ਸਾਡੇ ਅੱਜ ਦੇ ਇੰਪੋਰਟੈਂਟ ਐਮਸੀਕਿਊ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਰਿਲੇਟਡ ਇਸ ਤੋਂ ਪਹਿਲਾਂ ਸਿੱਖ ਇਤਿਹਾਸ ਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੀ ਵੀਡੀਓ ਆ ਸਾਡੇ ਚੈਨਲ ਦੀ ਪਲੇਲਿਸਟ ਤੇ ਹੈਗੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਨਾਲ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ